ਸ਼੍ਰੀਆ ਕਾਲ ਦੋਸਤੋ ਚੈਨਲ ਪੰਜਾਬ ਵਾਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਇੱਥੇ ਵਾਪਰਿਆ ਭਿਆਨਕ ਰੇਲ ਹਾਦਸਾ ਤੇ ਮੌਕੇ ਤੇ ਹੋਈਆਂ ਇੰਨੀਆਂ ਮੌਤਾਂ ਤੇ ਸ਼ਾਇਆ ਸੋਗ ਪੂਰੀ ਵੀਡੀਓ ਦੋਸਤੋ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਇਵਾਨ ਦੇ ਪੂਰਬੀ ਟੱਟ ਤੇ ਇੱਕ ਰੇਲ ਗੱਡੀ ਅੰਸ਼ਕ ਰੂਪ ਦੇ ਨਾਲ ਪਟੜੀ ਤੋਂ ਉਤਰ ਗਈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਫੋਟੋਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਤੇ ਦਰਦਨਾਕ ਹਾਦਸਾ ਹੈ ਸੋ ਕਿਸ ਤਰ੍ਹਾਂ ਗੱਡੀ ਜਿਹੜੀ ਨਿੱਖੜ ਗਈ ਆ ਸੋ ਆ ਉੱਪਰੋਂ ਫੋਟੋ ਲਈ ਗਈ ਆ ਜੀ ਕਿਸ ਤਰ੍ਹਾਂ ਗੱਡੀ ਜਿਹੜੀ ਲਾਈਨ ਤੋਂ ਸਾਈਡ ਤੇ ਹੋ ਗਈ ਆ ਜੀ ਆ ਦੇਖ ਸਕਦੇ ਹੋ ਤੁਸੀਂ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਸਾਰੀਆਂ ਫੋਟੋਆਂ ਸ਼ੋ ਹੋ ਰਹੀਆਂ ਨੇ ਸੋ ਦੋਸਤੋ ਤਾਈਵਾਨ ਦੇ ਪੂਰਬੀ ਟੱਟ ਦੇ ਨੇੜੇ ਇੱਕ ਰੇਲ ਗੱਡੀ ਅੰਸ਼ਕ ਰੂਪ ਦੇ ਨਾਲ ਪੱਟੜੀ ਤੋਂ ਉਤਰ ਗਈ ਇਸ ਹਾਦਸੇ ਵਿੱਚ ਘੱਟੋ ਘੱਟ 34 ਯਾਤਰੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਗੰਭੀਰ ਜ਼ਖਮੀ ਹੋ ਗਏ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦੇ ਦਿਨ ਤਰੋਕ ਰੋਰਸ ਦਰਸ਼ਨੀ ਖੇਤਰ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਮੀਡੀਆ ਦੇ ਮੁਤਾਬਕ ਰੇਲ ਗੱਡੀ ਦੇ ਵਿੱਚ 350 ਯਾਤਰੀ ਸਵਾਰ ਸਨ ਟਰੱਕ ਖਬਰਾਂ ਮੁਤਾਬਕ ਇੱਕ ਟਰੱਕ ਖੜੀ ਚਟਾਨ ਤੋਂ ਲੰਘਦੇ ਹੋਏ ហេਠਾ ਅੜਿੱਗਾ ਇੱਥੇ ਸਰੰਗ ਤੋਂ ਨਿਕਲ ਰਹੀ ਰੇਲ ਗੱਡੀ ਉਸ ਦੇ ਨਾਲ ਟਕਰਾ ਗਈ ਸੋ ਜਿਹੜਾ ਭਿਆਨਕ ਹਾਦਸਾ ਟਰੱਕ ਦੇ ਕਾਰਨ ਵਾਪਰਿਆ ਜੀ ਟਰੱਕ ਸੀਗਾ ਜਿਹੜਾ ਉਹ ਖੜੀ ਚਟਾਨ ਦੇ ਉੱਪਰੋਂ ਲੰਘਦਾ ហេਠਾ ਅੜਿੱਗਾ ਤੇ ਜਿੱਥੇ ਸਰੰਗ ਤੋਂ ਨਿਕਲ ਰਹੀ ਰੇਲ ਗੱਡੀ ਉਸ ਟਰੱਕ ਦੇ ਨਾਲ ਟਕਰਾ ਗਈ ਤੇ ਰੇਲ ਗੱਡੀ ਦਾ ਜ਼ਿਆਦਾ ਹਿੱਸਾ ਹੁਣ ਵੀ ਸਰੰਗ ਦੇ ਵਿੱਚ ਫਸਿਆ ਹੈ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਣ ਦੇ ਲਈ ਦਰਵਾਜ਼ਾ ਖਿੜਕੀਆਂ ਤੇ ਛੱਤਾਂ ਤੇ ਚੜਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਆਲੀਓਨ ਕਾਉਂਟੀ ਦੇ ਬਚਾਅ ਵਿਭਾਗ ਦੇ ਮੁਤਾਬਕ ਰੇਲ ਗੱਡੀ ਦੇ ਸੁਰੰਗ ਤੋਂ ਬਾਹਰ ਆਉਂਦੇ ਹੀ ਟਰੱਕ ਜਿਹੜਾ ਉੱਪਰ ਆ ਡਿੱਗਾ ਤੇ ਜਿਸ ਨਾਲ ਸ਼ੁਰੂ ਦੇ 5 ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਸੋ ਦੇਖ ਸਕਦੇ ਹੋ ਜੀ ਟਰੱਕ ਦੇ ਵੀ ਟੁਕੜੇ ਟੁਕੜੇ ਹੋ ਗਏ ਤੇ ਗੱਡੀ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਹੋਇਆ ਹੈ। ਅਧਿਕਾਰਤ ਸੈਂਟਰਲ ਨਿਊਜ਼ ਏਜੰਸੀ ਦੀ ਵੈੱਬਸਾਈਟ ਤੇ ਘੜਨਾ ਸਥਲ ਤੇ ਮੌਜੂਦ ਲੋਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਤੇ ਟੀਵੀ ਫੋਟੋਜ਼ ਦੇ ਵਿੱਚ ਲੋਕ சுரੰਗ ਦੇ ਪ੍ਰਵੇਸ਼ ਤੇ ਠੀਕ ਬਾਹਰ ਰੇਲਗੱਡੀ ਦੇ ਡੱਬੇ ਦੇ ਖੁੱਲੇ ਗੇਟ ਤੇ ਚੜ੍ਹੇ ਦਿਸ ਰਹੇ ਹਨ ਇੱਕ ਡੱਬੇ ਚੋਂ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੇੜ ਕੇ ਨੇੜਲੀ ਸੀਟ ਤੇ ਆ ਡਿੱਗਾ ਤੇ ਇਹ ਹਾਦਸਾ 4 ਦਿਨ ਦੇ ਟਾmbus sweeping ਉਤਸਵ ਦੇ ਪਹਿਲੇ ਵਾਪਰਿਆ ਸੋ ਵੱਡਾ ਦੁੱਖਦਾਈ ਹਾਦਸਾ ਜਿਹੜਾ ਉੱਥੇ ਵਾਪਰ ਗਿਆ